PSPCL बिजली मुलाजम फ्रंट मंडल फाजिलका वालों अपनिया मनिया हुई मंगा सरकार तो लागू कराने लई धरना जो कि लगातार लगाया जा रहा है। ये धरना अज चौथे दिन में पहुँच गया। इस मौके अज बिजली विभाग दफ्तर के विच पंजाब सरकार खिलाफ नारेबाजी की गई, प्रदर्शन किया गया, कहा गया कि जब तक साड़िया मंगा पूरिया नहीं होणगियां ये धरना इस प्रकार चलेगा। इस समय दौरान बिजली खराब हो जाती है तो उसनू ठीक करने की जिम्मेवारी प्रशासन के अधिकारियों की होगी। उधर एक्सीएन बिजली बोर्ड ने कहा कि उन्होंने को 26-27 कर्मचारी हले भी काम कर रहे हैं। तो दूजे पासे SDO शहरी ने कहा कि उन्होंने को शहर में बिजली खराब हो जाए तो उसनू ठीक करने कोई भी कर्मचारी नहीं है। इस मौके होर की कुछ होया तो बुलारिया ने बोलते हुए की कुछ क्या ये सब कुछ जानने लिए साडे नाल बने रहो। मांग की जा रही है बेशक ही जदों तो बिजली बोर्ड बनया पे जेड़े ग्रेड सी पे बैंड वो पंजाब सरकार नालों साडे वक्रे हुंदे सी क्योंकि जेड़े PSPCL का काम काज है वो पंजाब सरकार के मुलाजमान नालों वक्रा है और रिस्की है जी। इस वास्ते सब तो पहली मांग तो साडी हैगी है जी पे बैंड की, और दूसरी सैकंड नंबर मांग है साडी 6वें पे कमीशन की। उहदे विच भी हुण नोटिफिकेशन होया कई तरह दियां उहदे च उलझावां पाईआं ने, उहदे च कोई मुलाजम उहनां नाल ज़्यादा बैनीफिट नहीं हो रहा जी। इस तों इलावा होर साडियां नेकां ही मंगां ने जिवें कच्चे मुलाजम पक्के करने, पिछली पैनशन बंद करती नवें मुलाजमां नूं ओह बहाल करानी हैगी जी, ते यूनिटां दी माफ़ी होगी। सब तो वड्डी इक्को मंग ते इस समय असीं जोर दे रहे हैं पे बैंड दी, जिंदे नाल सानू समुचे मुलाजम वर्ग नूं फायदा होना है, उहदे दी जाके 6वें पे कमीशन दीआं पेआं फिक्स होणियां ने। इस वास्ते जी असीं हमेशा ही असीं मांग करदे हां वी जिहड़ा साडा पे बैंड है उह पंजाब सरकार दे मुलाजमां तों वक्खरा सानू जो साडा बनता दित्ता जावे, और पावर काम दी मैनेजमेंट
ਤੇ ਪੰਜਾਬ ਸਰਕਾਰ ਇਹ ਮੰਗ ਸਾਡੀ ਮੰਨੀ ਹੋਈ ਹੈ ਜੀ, ਬਸ ਲਾਗੂ ਨਹੀਂ ਕਰ ਰਹੀ, ਸਰਕੂਲੇਸ਼ਨ ਨਹੀਂ, ਸਰਕੂਲਰ ਨਹੀਂ ਜਾਰੀ ਕਰ ਰਹੀ। ਦਰਸ਼ਨ ਲਾਲ ਸਰਕਲ ਪ੍ਰਧਾਨ ਅੰਪਲਾਈ ਸਟੇਸ਼ਨ ਪੀਐਸਪੀਸੀਐਲ, ਅਸੀਂ ਅੱਜ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋਂ ਪਹਿਲੇ ਦਿਨ ਧਰਨੇ ਦੇ ਅੰਦਰ ਸ਼ਾਮਿਲ ਹੋਏ ਹਾਂ। ਛੁੱਟੀ ਦੇ ਕੇ ਸਾਡਾ ਸਮੁੱਚਾ ਜਿਹੜਾ ਮੁਲਾਜ਼ਮ ਹੈ ਉਹ ਅੱਜ ਹੜਤਾਲ ਕਰਨ ਜਾ ਰਿਹਾ ਹੈ, ਔਰ ਇਸ ਤੋਂ ਪਹਿਲਾਂ ਅਸੀਂ 11 ਤਰੀਕ ਨੂੰ ਹੈੱਡ ਆਫਿਸ ਪਟਿਆਲਾ ਵਿਖੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ 'ਤੇ ਤਿੰਨਾਂ ਗੇਟਾਂ ਦਾ ਘਿਰਾਓ ਕੀਤਾ, ਔਰ ਇਸ ਤੋਂ ਬਾਅਦ 26 ਤਰੀਕ ਤੱਕ ਸਾਡਾ ਇਹ ਹੜਤਾਲ ਦਾ ਪ੍ਰੋਗਰਾਮ ਹੈ, ਔਰ 22 ਤਰੀਕ ਤੋਂ ਲੈ ਕੇ 26 ਤਰੀਕ ਤੱਕ ਅਸੀਂ ਫਿਰ 24 ਘੰਟੇ ਲਗਾਤਾਰ ਮੈਨੇਜਮੈਂਟ ਦੇ ਤਿੰਨੋਂ ਗੇਟ ਘੇਰਨੇ ਨੇ, ਜਿਹਦੇ 'ਚ ਸਾਡਾ ਪੱਕੇ ਤੌਰ 'ਤੇ ਫੈਸਲਾ ਦਾ ਪ੍ਰੋਗਰਾਮ ਹੈ। ਇਹਦੇ ਅੰਦਰ ਸਮੁੱਚਾ ਮੁਲਾਜ਼ਮ ਵਰਗ, ਟੈਕਨੀਕਲ ਸਰਵਿਸ ਯੂਨੀਅਨ ਦੇ ਸਾਥੀ ਨੇ, ਇੰਪਲਾਈ ਫੈਡਰੇਸ਼ਨ ਸਾਥੀ ਬਲਜੀਤ ਸਿੰਘ ਦੀ ਯੂਨੀਅਨ ਦੇ ਨੇ, ਇੰਪਲਾਈ ਫੈਡਰੇਸ਼ਨ ਜਿਸ ਤਰ੍ਹਾਂ ਅਸੀਂ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋਂ ਇਕੱਤਰ ਹੋਏ ਹਾਂ, MSU ਦੇ ਸਾਡੇ ਸਾਥੀ ਜਿਹੜੇ ਕਲੈਰੀਕਲ ਸਾਥੀ ਨੇ, ਉਹ ਲਗਭਗ ਸਾਰੇ ਸਾਥੀ ਨੇ। ਸਰਕਾਰ ਵੱਲੋਂ ਐਲਾਨ ਕੀਤਾ ਜਾ ਰਿਹਾ ਵੀ 36,000 ਨੌਕਰੀਆਂ ਦਿੱਤੀਆਂ ਜਾ ਰਹੀਆਂ ਅਤੇ ਮੁਲਾਜ਼ਮਾਂ ਦਾ ਹੱਕ ਵੀ ਲਿਆ ਜਾ ਰਿਹਾ, ਉਹਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਜੀ, ਅਸੀਂ ਇਸ ਚੀਜ਼ 'ਤੇ ਜੇ ਕੋਈ ਚੰਗਾ ਸਰਕਾਰ ਕਰਦੀ ਹੈ ਉਹਦੇ ਲਈ ਅਸੀਂ ਧੰਨਵਾਦੀ ਹਾਂ, ਪਰ ਉਹਦੇ ਅੰਦਰ ਇੱਕ ਜੋ ਅਸੀਂ ਮੈਂ ਤਾਂ ਸ਼ਰਾਰਤੀ ਕਹਾਂਗਾ ਵੀ ਪੰਜਾਬ ਸਰਕਾਰ ਨੂੰ ਇਹ ਜਿਹੜਾ ਜਦੋਂ ਕਾਂਗਰਸ ਦੀ ਸਰਕਾਰ ਬਣੀ ਹੈ ਇਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਮੁਲਾਜ਼ਮ ਪੱਕੇ ਵੀ ਕਰਾਂਗੇ, ਨਵੀਆਂ ਵੀ ਨੌਕਰੀਆਂ ਦੇਵਾਂਗੇ, ਬਿਜਲੀ ਦੇ ਬਿੱਲ ਮਤਲਬ ਜਿਹੜੇ ਅੱਜ ਹੁਣ ਤਿੰਨ ਰੁਪਏ ਯੂਨਿਟ ਦਾ ਕਟਾ ਰਹੇ ਨੇ ਰੇਟ, ਵੀ ਅਸੀਂ ਉਹ ਵੀ ਕਟਾਵਾਂਗੇ, ਪਰ ਇਹ ਇਹਨਾਂ ਨੂੰ ਉਦੋਂ ਕਟਾਉਣਾ ਚਾਹੀਦਾ ਸੀ ਜਿਹੜਾ ਅੱਜ ਕਟਾ ਰਹੇ ਨੇ, ਤਾਂ ਇਟ ਮੀਨਸ ਕਿ ਆਪਦਾ ਵੋਟ ਪੱਕਾ ਕਰਨ ਦੇ ਲਈ ਕਰ ਰਹੇ ਨੇ, ਜੋ ਕਿ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਸੀ ਇਹ ਪਹਿਲਾਂ ਕਰਨਾ ਚਾਹੀਦਾ ਸੀ। ਇਹ ਠੀਕ ਹੈ ਜੇ ਕਿ ਚੰਗਾ ਕੰਮ ਕੋਈ ਵੀ ਸਰਕਾਰ ਜਾਂ ਕੋਈ ਵੀ ਕਰਦਾ ਆਇਆ ਸੀ ਉਹਦੇ ਵਿਰੋਧੀ ਨਹੀਂ ਆ, ਪਰ ਜਿੱਥੋਂ ਤੱਕ ਰੇਟ ਘਟਾਉਣ ਦਾ ਸਵਾਲ ਹੈ, ਜਿਵੇਂ ਕਿ ਹੁਣ ਸੀਜ਼ਨ ਚੱਲ ਰਿਹਾ ਹੈ, ਕਣਕ ਦੀ ਬਿਜਾਈ ਹੋ ਰਹੀ ਹੈ, ਤੁਹਾਡੇ ਵੱਲੋਂ ਹੜਤਾਲਾਂ ਕੀਤੀਆਂ ਜਾ ਰਹੀਆਂ, ਕੀ ਉਸ ਵਿਘਨ ਨਹੀਂ ਪਵੇਗਾ ਜ਼ਿਮੀਦਾਰਾਂ ਦੀ ਬਿਜਾਈ? ਇਹਦੇ 'ਤੇ ਰੀਜ਼ਨ ਪਵੇਗਾ, ਪਰ ਇਹਦੇ ਲਈ ਜਿਹੜੀ ਜ਼ਿੰਮੇਵਾਰ ਹੈ ਉਹ ਸਰਕਾਰ ਹੈ, ਔਰ ਇੱਥੋਂ ਦੇ ਜਾਣੀ ਸਿਵਲ ਪ੍ਰਸ਼ਾਸਨ ਜਿਹੜਾ ਹੈ, ਜਦੋਂ ਸਮੁੱਚਾ ਮੁਲਾਜ਼ਮ ਸੰਘਰਸ਼ ਦੇ ਰਾਹ ਪਿਆ ਹੈ ਔਰ ਸਬ ਸਟੇਸ਼ਨਾਂ 'ਤੇ ਜਿਹੜੇ ਬਿਠਾਏ ਨੇ ਇੰਜੀਨੀਅਰ ਵਗੈਰਾ, ਉਹਨਾਂ ਨੂੰ ਪਹਿਲੀ ਗੱਲ ਤਾਂ ਜਾਣਕਾਰੀ ਨਹੀਂ, ਜੇ ਕੋਈ ਥੋੜ੍ਹੀ ਬਹੁਤੀ ਅਧੂਰੀ ਜਾਣਕਾਰੀ ਹੈ, ਜੇ ਫਲ ਕੀਤਾ ਫਾਲਟ ਪੈ ਗਿਆ, ਉਹਨਾਂ ਨੂੰ ਫਾਲਟ ਕੱਢਣਾ ਮਤਲਬ ਆਉਣਾ ਹੀ ਨਹੀਂ, ਨਾ ਹੀ ਕੋਈ ਉਹਨਾਂ ਨੂੰ ਪਤਾ ਹੈ, ਲਾਈਟ ਬੰਦ ਹੋ ਗਈ ਆਉਣ ਵਾਲੇ ਸਮੇਂ 'ਚ ਤਾਂ ਬੰਦ ਹੋ ਗਈ। ਸਰਕਾਰ ਨੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਤੁਹਾਡਾ ਅਗਲਾ ਕਦਮ ਕੀ ਹੋਏਗਾ? ਇਸ ਤੋਂ ਬਾਅਦ ਅਸੀਂ ਇਸ ਤੋਂ ਬਾਅਦ ਅਗਲਾ ਜਿਹੜਾ ਮਤਲਬ ਜਿਵੇਂ ਮੈਂ ਪਹਿਲਾਂ ਦੱਸਿਆ ਜੀ 22 ਤੋਂ 26 ਤੱਕ ਅਸੀਂ 24 ਘੰਟੇ ਲਗਾਤਾਰ ਮਤਲਬ ਮੈਨੇਜਮੈਂਟ ਦੇ ਅੰਦਰ ਜਿਹੜਾ ਅੰਦਰ ਚਲਿਆ ਗਿਆ ਉਹ ਅੰਦਰ ਹੀ ਰਹੇਗਾ, ਜਿਹੜਾ ਬਾਹਰ ਹੋਇਆ ਉਹਨੂੰ ਅਸੀਂ ਅੰਦਰ ਨਹੀਂ ਜਾਣ ਦੇਣਾ, ਯਾਨੀ ਮਤਲਬ ਕਰਾਓ ਕਰਾਂਗੇ ਕਾਲੇ ਝੰਡੇ ਲਾ ਕੇ ਰੋਸ ਪ੍ਰਦਰਸ਼ਨ ਕਰਨ ਦਾ। ਸ਼ਹਿਰ ਜਾਂ ਪਿੰਡ ਦੀ ਲਾਈਟ ਬੰਦ ਹੋ ਜਾਂਦੀ ਤਾਂ ਉਹਦਾ ਫਿਰ ਕਿਵੇਂ ਮਸਲਾ ਹੱਲ ਹੋਏਗਾ? ਉਹਦਾ ਹੱਲ ਜਿਹੜਾ ਉਹ ਆਪੇ ਸਿਵਲ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਕਰੇਗੀ ਜਾਂ ਮਤਲਬ ਕਾਰਪੋਰੇਸ਼ਨ ਦੀ ਮੈਨੇਜਮੈਂਟ ਕਰੇਗੀ, ਕਿਉਂਕਿ ਅੱਜ ਸਮਾਂ ਜਿਹੜਾ ਹੈ ਜਦੋਂ ਸਾਰੇ ਮੁਲਾਜ਼ਮ, ਕਿਉਂਕਿ ਜਿਹਦੇ ਮੁਲਾਜ਼ਮਾਂ ਦੇ ਸਿਰ 'ਤੇ ਸਰਕਾਰ ਹੈ, ਜਨਤਾ ਦੇ ਸਿਰ 'ਤੇ ਸਰਕਾਰ ਹੈ, ਜਦੋਂ ਜਨਤਾ ਹੀ ਨਹੀਂ ਸੈਟਿਸਫਾਈ ਜਾਂ ਜਨਤਾ ਹੀ ਨਹੀਂ ਮਗਰ ਚੱਲ ਰਹੀ ਤਾਂ ਫਿਰ ਉਹ ਸਰਕਾਰ ਕਾਹਦੀ ਰਹੇਗੀ ਜਾਂ ਉਹ ਮੈਨੇਜਮੈਂਟ ਕਾਹਦੀ ਰਹੇਗੀ? ਜੇ ਇੱਕ ਪਰਿਵਾਰ ਦੇ ਮੈਂਬਰ ਸਾਰੇ ਉਹਦੇ ਤੋਂ ਯੂਨਾਈਟਡ ਨੇ, ਰੁੱਸ ਕੇ ਜਾ ਰਹੇ ਨੇ, ਤਾਂ ਉਹ ਪਰਿਵਾਰ ਨੂੰ ਕੋਈ ਸਿਆਣਾ ਨਹੀਂ, ਮੁਖੀ ਨੂੰ ਸਿਆਣਾ ਨਹੀਂ ਕੋਈ ਕਹੇਗਾ, ਜਿਸ ਕਰਕੇ ਪਰਿਵਾਰ ਦੇ ਮੁਖੀ ਨੂੰ ਕਹਿ ਲਓ ਜਾਂ ਮੈਨੇਜਮੈਂਟ ਨੂੰ ਥੋੜ੍ਹੀ ਮਤਲਬ ਸਾਰੀਆਂ ਯੂਨੀਅਨਾਂ ਤੁਹਾਡੀਆਂ ਮੰਗਾਂ, ਜੇ ਸਰਕਾਰ ਨਹੀਂ ਮੰਨਦੀ ਤਾਂ ਕੀ ਚੁਣਾਵ ਵਿੱਚ ਸਰਕਾਰ ਦਾ ਵਿਰੋਧ ਕੀਤਾ ਜਾਏਗਾ ਜੀ? ਕਿੱਥੇ ਜੀ? ਵੋਟਾਂ ਦੇ ਵਿੱਚ? ਵੋਟਾਂ ਦੇ ਵਿੱਚ ਵੀ ਸਾਡਾ ਮਤਲਬ ਚੱਲੇਗਾ, ਕਿਉਂਕਿ ਅਸੀਂ ਲਗਾਤਾਰ ਸਾਡਾ ਜਿਹੜਾ ਪ੍ਰੋਗਰਾਮ ਹੁਣ ਫਿਲਹਾਲ ਭਾਵੇਂ 26 ਦਾ ਹੈ, ਜੇ ਨਹੀਂ ਹੱਲ ਹੁੰਦਾ ਤਾਂ ਇਸ ਤੋਂ ਬਾਅਦ ਇਹ ਪ੍ਰੋਗਰਾਮ ਹੋਰ ਅਣਮਿੱਥੇ ਸਮੇਂ ਲਈ ਵੀ ਹੋ ਸਕਦਾ, ਮਤਲਬ ਇਸ ਤੋਂ ਤਿੱਕੇ ਪ੍ਰੋਗਰਾਮ ਆਮ ਜਨਤਾ। ਕੁਛ ਤਾਂ ਸਮੱਸਿਆਵਾਂ ਹੈਗੀਆਂ, ਪਰ ਅਸੀਂ ਸਟਾਫ ਦਾ ਮੈਨੇਜਮੈਂਟ ਕਰ ਰਹੇ ਹਾਂ, ਸਾਡੀ ਕਈ ਯੂਨੀਅਨਸ ਹੜਤਾਲ 'ਤੇ ਨਹੀਂ, ਉਹਨਾਂ ਨਾਲ ਅਸੀਂ ਮੈਨੇਜ ਕਰ ਰਹੇ ਹਾਂ। ਅਤੇ ਪਿੰਡਾਂ ਦੇ ਵਿੱਚ ਜਿਹੜੀ ਪਰੇਸ਼ਾਨੀ ਪੈ ਰਹੀ ਹੈ, ਜਿਵੇਂ ਕਣਕ ਦਾ ਟਾਈਮ ਹੈ ਜਿਸ ਪਾਣੀ ਦੀ ਅਤੇ ਉੱਥੇ ਲੋੜ ਹੈ, ਤਾਂ ਉਹ ਕਿਵੇਂ ਮੈਨੇਜ ਹੋਏਗਾ ਜੀ? ਚੱਲ ਰਿਹਾ, ਹਾਲੇ ਤੱਕ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਆਈ, ਅੱਗੇ ਦੇਖਦੇ ਹਾਂ। ਅਸੀਂ ਸਵਾਲ ਪੁੱਛੇ ਸੀ ਉਹਨਾਂ ਨੂੰ ਵੀ, ਨਹੀਂ ਦੇਖੋ ਹਾਲੇ ਤੱਕ ਤਾਂ ਅਸੀਂ ਮੈਨੇਜ ਕਰ ਰਹੇ ਹਾਂ, ਅੱਗੇ ਦੇਖੋ ਕੀ ਹਾਲਾਤ ਬਣਦੇ, ਕਿਉਂਕਿ ਸਾਰੇ ਮੁਲਾਜ਼ਮ ਤਾਂ ਉੱਥੇ ਬੈਠੇ ਨੇ। ਨਹੀਂ ਸਾਰੇ ਨਹੀਂ, ਹਾਲੇ ਕੋਲ ਸਾਡੇ ਕੋਲ ਹੈ ਸਟਾਫ, 2-3 ਯੂਨੀਅਨਸ ਦਾ ਹੈ ਸਟਾਫ। ਅਤੇ ਜੋ ਇਹ ਧਰਨਾ ਚੱਲ ਰਿਹਾ, ਇਹਨਾਂ ਦੀ ਮੰਗਾਂ ਸਰਕਾਰ ਤੱਕ ਪਹੁੰਚਾਉਣ ਲਈ ਤੁਹਾਡੇ ਵੱਲੋਂ ਕੁਛ ਕੀਤਾ ਜਾ ਰਿਹਾ ਜੀ? ਹਾਂਜੀ, ਇਹਨਾਂ ਦੀ ਜਿਹੜੀ ਹੈ PSPCL ਪੱਧਰ 'ਤੇ ਚੱਲ ਰਹੀ ਹੈ, ਇਹਨਾਂ ਦੀ ਅੱਗੇ 2 ਮੀਟਿੰਗਾਂ ਹੋ ਚੁੱਕੀਆਂ, ਅੱਗੇ ਇਹਨਾਂ ਨੂੰ ਫਿਰ ਮੀਟਿੰਗ ਦਿੱਤੀ ਜਾਊ। CMD ਸਾਹਿਬ ਵੱਲੋਂ ਪਰਸੋਂ ਇਹਨਾਂ ਨਾਲ ਮੀਟਿੰਗ ਕੀਤੀ ਗਈ ਸੀ। ਕਿੰਨੇ ਦਿਨ ਤੋਂ ਚੱਲ ਰਿਹਾ ਧਰਨਾ?
इन्होंने कहा 26 तक साडा धरना चलेगा जी, पर साडा धरना चलता चौथा दिन हो गया, साडे कोई भी विभाग का कोई भी ना कोई एसटीओ ना कोई एक्शन साडे सार लैन नहीं पुजे। देखो इन्हों का जो पीएसपीसीएल पद्धर का मसला है, इन्हों की जत्थेबंदी ने तुम्हें तो दसिया मीटिंग चेयरमैन साहब न हो रही है, उन्होंने पद्धर का मसला इंतजाम करा रहे जी बंदे का, ये प्राइवेट तौर पर इंतजाम किया जा रहा है या सरकारी तौर पर किया जा रहा है? जो उच्च दफ्तर दस दिया गया जी जी, तो उन्होंने की कहना जी? बस इंतजाम होता पे जी। एक्शन साहब कह रहे साढ़े को है बंदे जी, थोड़ा की कहना जी? एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।